ਜੋ ਡਾਕਟਰ ਕਰਮ ਸਿੰਘ ਹਿੰਦੁਸਤਾਨ ਦੇ ਪਹਿਲੇ 5 ਹੱਡੀਆਂ ਦੇ ਡਾਕਟਰਾਂ ਦੇ ਵਿੱਚੋਂ ਸੀਗੇ ਔਰ ਸਾਰੀ ਦੁਨੀਆ ਤੋਂ ਲੋਕ ਅੰਮ੍ਰਿਤਸਰ ਦੇ ਵਿੱਚ ਆ ਕੇ ਹੱਡੀਆਂ ਦਾ ਇਲਾਜ ਕਰਦੇ ਨੇ। ਚੂਲੇ ਬਦਲਣ ਬਾਰੇ ਇੱਕ ਨਵੀਂ ਟੈਕਨੀਕ ਆਈ ਹੈ, 6 ਲਾਈਵ ਸਰਜਰੀਜ਼ ਕਰਨਗੇ ਇੱਥੇ ਅਮਨਦੀਪ ਹਸਪੀਟਲ ਦੇ ਵਿੱਚ। ਜੂਨੀਅਰ ਡਾਕਟਰ ਨੇ ਉਹਨਾਂ ਨੂੰ ਬਾਹਰ ਨਾ ਜਾਣਾ। ਅਮਨਦੀਪ ਹਸਪੀਟਲ ਦੇ ਵਿੱਚ ਬੜਾ ਸਵਾਗਤ, ਤੁਸੀਂ ਆਪਣਾ ਟਾਈਮ ਕੱਢ ਕੇ ਆਏ ਹੋ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੇਸਿਕਲੀ ਅਸੀਂ ਇੱਕ ਇੰਟਰਨੈਸ਼ਨਲ ਤਰ੍ਹਾਂ ਦੀ ਇੱਕ ਕਾਨਫਰੰਸ ਕਰਨ ਜਾ ਰਹੇ ਹਾਂ, ਦੈਟ ਇਜ਼ ਨੋਨ ਐਜ਼ ਪੰਜਾਬ ਹਿਪ ਐਂਡ ਨੀ ਕੋਰਸ। 17 ਅਤੇ 18 ਜੂਨ ਨੂੰ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਔਰਗਨਾਈਜ਼ ਕੀਤੀ ਜਾਏਗੀ ਐਂਡ ਉਹਦੇ ਵਿੱਚ ਹਿੰਦੁਸਤਾਨ 'ਚੋਂ ਤਕਰੀਬਨ 250 ਦੇ ਆਸ ਪਾਸ ਡੈਲੀਗੇਟਸ, ਹੱਡੀਆਂ ਦੇ ਡਾਕਟਰ ਜਿਹੜੇ ਨੇ ਉਹ ਪਾਰਟੀਸਪੇਟ ਕਰਨਗੇ ਔਰ ਸਾਰੇ ਕੰਟਰੀ ਦੇ ਵਿੱਚੋਂ ਜਿਹੜੇ ਟੌਪ ਦੇ ਹੱਡੀਆਂ ਦੇ ਡਾਕਟਰਸ ਨੇ ਉਹ ਆ ਕੇ ਲੈਕਚਰਸ ਦੇਣਗੇ। ਉਹਦੇ ਨਾਲ ਨਾਲ 3 ਜਾਂ 4 ਫੋਰਨ ਫੈਕਲਟੀ ਵੀ ਜਿਹੜੀ ਆ, ਫੋਰਨ ਤੋਂ ਵੀ ਔਰਥੋਪੈਡਿਕ ਸਰਜਨਸ ਨੇ ਉਹ ਆ ਰਹੇ ਨੇ। ਤੁਹਾਨੂੰ ਸਾਰਿਆਂ ਨੂੰ ਸ਼ਾਇਦ ਇਸ ਚੀਜ਼ ਦੀ ਨੌਲੇਜ ਨਹੀਂ ਹੋਏਗੀ ਕਿ ਅੰਮ੍ਰਿਤਸਰ ਜਿਹੜਾ ਹੈ ਉਹ ਹੱਡੀਆਂ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਰਿਹਾ ਅਤੇ ਹੁਣ ਵੀ ਕਾਫੀ ਅੱਛੇ ਸਥਾਨ 'ਤੇ ਹੈਗਾ ਅੰਮ੍ਰਿਤਸਰ। ਸਭ ਤੋਂ ਪਹਿਲਾਂ ਡਾਕਟਰ ਕਰਮ ਸਿੰਘ ਗਰੇਵਾਲ ਦਾ ਨਾਮ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ, ਉਹਨਾਂ ਦੇ ਨਾਮ 'ਤੇ ਹਸਪਤਾਲ ਵੀ ਹੈਗੇ ਨੇ, ਸਰਕਾਰੀ ਹਸਪਤਾਲ ਦਾ ਜਿਹੜਾ ਨਾਮ ਸੀ ਉਹ ਵੀ ਉਹਨਾਂ ਦੇ ਨਾਮ 'ਤੇ ਸੀਗਾ। ਸੋ ਡਾਕਟਰ ਕਰਮ ਸਿੰਘ ਹਿੰਦੁਸਤਾਨ ਦੇ ਪਹਿਲੇ 5 ਹੱਡੀਆਂ ਦੇ ਡਾਕਟਰਾਂ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਹੱਡੀਆਂ ਦਾ ਡਿਪਾਰਟਮੈਂਟ ਸ਼ੁਰੂ ਕੀਤਾ ਸੀ। ਉਸ ਤੋਂ ਪਹਿਲਾਂ ਕੋਈ ਹੱਡੀਆਂ ਦਾ ਡਿਪਾਰਟਮੈਂਟ ਸੈਪਰੇਟ ਨਹੀਂ ਸੀ ਹੁੰਦਾ। ਸੋ ਡਾਕਟਰ ਸਾਹਿਬ ਵਾਜ਼ ਵਨ ਆਫ ਦੈਮ ਜਿਨ੍ਹਾਂ ਨੇ ਹੱਡੀਆਂ ਦਾ ਡਿਪਾਰਟਮੈਂਟ ਸ਼ੁਰੂ ਕੀਤਾ ਔਰ ਹਿੰਦੁਸਤਾਨ 'ਚ ਸਿਰਫ ਉਸ ਵੇਲੇ 4 ਹੋਰ ਹੱਡੀਆਂ ਦੇ ਹਸਪਤਾਲ ਹੁੰਦੇ ਸੀ, 5ਵਾਂ ਅੰਮ੍ਰਿਤਸਰ ਦੇ ਵਿੱਚ ਹੁੰਦਾ ਸੀ ਔਰ ਸਾਰੀ ਦੁਨੀਆ ਤੋਂ ਲੋਕ ਅੰਮ੍ਰਿਤਸਰ ਦੇ ਵਿੱਚ ਆ ਕੇ ਹੱਡੀਆਂ ਦਾ ਇਲਾਜ ਕਰਵਾਉਂਦੇ ਹੁੰਦੇ ਸੀ। ਡਾਕਟਰ ਕਰਮ ਸਿੰਘ ਆਪਣੀ ਡੈਥ ਤੱਕ ਸ਼੍ਰੀਨਗਰ ਦੇ ਪ੍ਰੋਫੈਸਰ ਅਮੈਰੀਟਸ ਰਹੇ, ਉੱਥੋਂ ਦੇ ਮੈਡੀਕਲ ਕਾਲਜਸ ਦੇ ਉਹ ਪ੍ਰੋਫੈਸਰ ਅਮੈਰੀਟਸ ਰਹੇ ਨੇ। ਸੋ ਉਹਨਾਂ ਦੀ ਦੇਣ ਹੈ ਕਿ ਉਸ ਤੋਂ ਬਾਅਦ ਬੜੇ ਵੱਡੇ ਵੱਡੇ ਹੱਡੀਆਂ ਦੇ ਡਾਕਟਰ ਇੱਥੇ ਪੈਦਾ ਹੁੰਦੇ ਰਹੇ। ਡਾਕਟਰ PS ਮੈਣੀ ਜਿਹੜੇ ਹੁਣ ਨਹੀਂ ਰਹੇ ਥੋੜ੍ਹੇ ਸਾਲਾਂ ਤੋਂ, ਫਿਰ ਡਾਕਟਰ ਹਰਦਾਸ ਸਿੰਘ ਆ ਗਏ, ਡਾਕਟਰ ਗਰੇਵਾਲ ਹੋ ਗਏ, ਡਾਕਟਰ ਛੀਨਾ, ਡਾਕਟਰ JP ਸਿੰਘ ਛੀਨਾ ਜਿਹੜੇ ਮੇਰੇ ਟੀਚਰ ਸੀ, ਡਾਕਟਰ ਹਰਦਾਸ ਸਿੰਘ ਵੀ ਮੇਰੇ ਟੀਚਰ ਸੀ। ਸੋ ਬਹੁਤ ਵੱਡੇ ਵੱਡੇ ਨਾਮ ਇੱਥੇ ਰਹੇ ਨੇ ਔਰ ਇੱਥੋਂ ਦੇ ਇਲਾਕੇ ਦੀ ਸੇਵਾ ਕਰਦੇ ਰਹੇ ਨੇ। ਇਹਨੂੰ ਅੱਗੇ ਲਿਜਾਂਦੇ ਹੋਇਆ ਕਿ ਪਿਛਲੇ ਕੁਝ ਸਾਲਾਂ ਤੋਂ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਬਹੁਤ ਅੱਛੀਆਂ ਕਾਨਫਰੰਸਿਸ ਹੋਣ ਲੱਗ ਗਈਆਂ। ਅੰਮ੍ਰਿਤਸਰ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਕੁਛ ਹਾਲਾਤ ਕਰਕੇ, ਕੁਛ ਹੋਰ ਡਿਫਰੈਂਟ ਰੀਜ਼ਨਸ ਹੋਣਗੇ। ਸੋ ਜੇ ਅਸੀਂ ਚੰਗੀਆਂ ਕਾਨਫਰੰਸਿਸ ਦੀ ਗੱਲ ਕਰੀਏ, ਅਸੀਂ ਪੂਨੇ ਜਾਈਦਾ, ਉੱਥੇ ਇੱਕ ਬੜਾ ਮਸ਼ਹੂਰ ਕੋਰਸ ਹੈਗਾ ਪੂਨੇ ਨੀ ਕੋਰਸ, ਉਹਦੇ 'ਚ ਹਰ ਸਾਲ 700-800 ਡਾਕਟਰ ਅਟੈਂਡ ਕਰਦੇ ਨੇ, ਅਸੀਂ ਵੀ ਅਟੈਂਡ ਕਰਦੇ ਹਾਂ ਜਾ ਕੇ। ਉੱਥੇ ਜਾ ਕੇ ਨਾ ਥੋੜ੍ਹਾ ਜਿਹਾ ਮਨ ਨੂੰ ਇਹ ਹੁੰਦਾ ਕਿ ਇੱਥੇ ਸਾਡੇ ਨੌਰਥ ਇੰਡੀਆ ਦੇ ਪੰਜਾਬੀ ਡਾਕਟਰ ਉੱਥੇ ਨਹੀਂ ਪਹੁੰਚ ਸਕਦੇ, ਨੌਰਥ ਇੰਡੀਆ 'ਚੋਂ ਬਹੁਤ ਥੋੜ੍ਹੇ ਡਾਕਟਰ ਐਡੀ ਦੂਰ ਜਾ ਕੇ ਟਰੈਵਲ ਕਰਦੇ। ਸੋ ਉਹਨਾਂ ਕੋਲ ਨਵੀਆਂ ਟੈਕਨੋਲੋਜੀਜ਼ ਨੂੰ ਸਿੱਖਣ ਵਾਸਤੇ ਉਹਨਾਂ ਨੂੰ ਚਾਂਸਿਸ ਘੱਟ ਮਿਲਦੇ। ਸੋ ਉਸੇ ਉਦੇਸ਼ ਨੂੰ ਲੈ ਕੇ ਅਸੀਂ ਇਹ ਪੰਜਾਬ ਹਿਪ ਐਂਡ ਨੀ ਕੋਰਸ ਜਿਹੜਾ ਪਹਿਲੀ ਵਾਰੀ ਹੁਣ ਅਸੀਂ ਕਰ ਰਹੇ ਹਾਂ ਔਰ ਅਸੀਂ 3 ਮਹੀਨੇ ਪਹਿਲਾਂ ਅਸੀਂ ਅੰਮ੍ਰਿਤਸਰ ਦੇ ਜਿੰਨੇ ਵੀ ਹੱਡੀਆਂ ਦੇ ਡਾਕਟਰ ਸਾਹਿਬਾਨ ਹੈਗੇ ਸੀ, ਅਸੀਂ ਸਾਰਿਆਂ ਨੇ ਰਲ ਕੇ ਇੱਕ ਫੋਰਮ ਬਣਾਇਆ, ਅੰਮ੍ਰਿਤਸਰ ਔਰਥੋਪੈਡਿਕ ਫੋਰਮ। ਜਿੰਨੇ ਵੀ ਔਰਥੋਪੈਡਿਕ ਸਰਜਨ ਨੇ ਅੰਮ੍ਰਿਤਸਰ ਦੇ ਸਾਰੇ ਉਹਦੇ ਮੈਂਬਰਸ ਨੇ। ਸੋ ਉਸ ਫੋਰਮ ਦੀ ਬੇਸਿਕ ਡਿਊਟੀ ਇਹ ਹੋਏਗੀ ਕਿ ਟਾਈਮ ਟੂ ਟਾਈਮ ਅਸੀਂ ਅੱਛੀ ਕਾਨਫਰੰਸਿਸ ਔਰਗਨਾਈਜ਼ ਕਰਾਂਗੇ ਆਪਣੇ ਸ਼ਹਿਰ ਦੇ ਵਿੱਚ। ਹਿੰਦੁਸਤਾਨ ਦੇ ਵਿੱਚ ਜਿੰਨੇ ਬੈਸਟ ਟੈਲੈਂਟ ਅਵੇਲੇਬਲ ਹੋਣਗੇ, ਜਿੰਨੇ ਬੈਸਟ ਲੈਕਚਰ ਦੇਣ ਵਾਲੇ ਡਾਕਟਰਸ ਅਵੇਲੇਬਲ ਹੋਣਗੇ, ਉਹਨਾਂ ਨੂੰ ਅਸੀਂ ਇਨਵਾਈਟ ਕਰਿਆ ਕਰਾਂਗੇ। ਇਸੇ ਤਰ੍ਹਾਂ ਹੁਣ ਇਸ ਵਾਰੀ ਜਿਹੜੀ ਪਹਿਲੀ ਕਾਨਫਰੰਸ ਹੋ ਰਹੀ ਹੈ ਨਾ, ਉਹਦੇ 'ਚ ਵੀ ਅਸੀਂ ਕੰਟਰੀ ਦੇ ਜਿਹੜੇ ਟੌਪ ਦੇ ਡਾਕਟਰਸ ਹੈ ਨਾ 30, ਉਹਨਾਂ ਨੂੰ ਇਨਵਾਈਟ ਕੀਤਾ, ਉਹਨਾਂ ਦੇ ਲੈਕਚਰ ਹੋਣਗੇ। ਉਹ 6 ਲਾਈਵ ਸਰਜਰੀਜ਼ ਕਰਨਗੇ ਇੱਥੇ ਅਮਨਦੀਪ ਹੋਸਪਿਟਲ ਦੇ ਵਿੱਚ, 4 ਪਹਿਲੇ ਦਿਨ ਕਰਨਗੇ, 2 ਅਗਲੇ ਦਿਨ ਕਰਨਗੇ। ਉਹਦਾ ਲਾਈਵ ਟਰਾਂਸਮਿਸ਼ਨ ਕਾਨਫਰੰਸ ਸਾਡੀ ਹੋ ਰਹੀ ਹੈ ਰੈਡੀਸਨ ਦੇ ਵਿੱਚ, ਸੋ ਇੱਥੋਂ ਲਾਈਵ ਟਰਾਂਸਮਿਸ਼ਨ ਹੋਏਗਾ ਔਰ ਉਹਦਾ ਫਾਇਦਾ ਇਹ ਹੋਊਗਾ ਕਿ ਜਿੰਨੇ ਜੂਨੀਅਰ ਔਰਥੋਪੈਡਿਕ ਸਰਜਨ, ਯੰਗ ਔਰਥੋਪੈਡਿਕ ਸਰਜਨ ਹੈ, ਉਹਨਾਂ ਨੂੰ ਆਪਣੇ ਇੱਥੇ ਆਪਣੇ ਸ਼ਹਿਰ ਦੇ ਵਿੱਚ ਬੈਠੇ ਆ ਉਹਨਾਂ ਦੀ ਟ੍ਰੇਨਿੰਗ ਹੋਊਗੀ। ਦੇ ਵਿਲ ਬੀ ਐਕਸਪੋਜ਼ ਟੂ ਬੈਸਟ ਆਫ ਦਾ ਟੈਲੈਂਟ ਫਰੋਮ ਇੰਡੀਆ ਐਂਡ ਫਰੋਮ ਅਬਰੋਡ। ਇਸ ਕਾਨਫਰੰਸ ਦੇ ਵਿੱਚ ਅਸੀਂ ਇੱਕ ਨਵੀਂ ਟੈਕਨੋਲੋਜੀ ਵੀ ਇੰਟਰੋਡਿਊਸ ਕਰਨ ਜਾ ਰਹੇ ਹਾਂ, ਜਿਹੜੀ
ਚੂਲੇ ਬਦਲਣ ਬਾਰੇ ਇੱਕ ਨਵੀਂ ਟੈਕਨੀਕ ਆਈ ਹੈਗੀ, ਇੱਕ ਟੈਕਨੋਲੋਜੀ ਆਈ ਹੈ, ਮਸ਼ੀਨ ਆਈ ਹੈ ਇੱਕ ਨਵੀਂ ਨੈਵੀ ਸਵਿਸ। ਸੋ ਉਹ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਥੇ ਇੰਟਰੋਡਿਊਸ ਕਰਾਂਗੇ ਔਰ ਉਹਦੇ ਨਾਲ ਓਪਰੇਸ਼ਨ ਵੀ ਕੀਤੇ ਜਾਣਗੇ। ਸੋ ਹੁਣ ਮੈਂ ਆਪਣੇ ਸਾਥੀ ਡਾਕਟਰਸ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਉਹ ਵੀ ਆਪਣੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨ। ਡਾਕਟਰ ਅਵਤਾਰ ਨੇ ਦੱਸਿਆ ਕਿ ਅਸੀਂ ਹਿਪ ਤੇ ਨੀ ਕੋਰਸ ਕਰ ਰਹੇ ਹਾਂ। ਸਾਊਥ ਵਾਲੇ ਪਾਸੇ ਜ਼ਿਆਦਾ ਕਾਨਫਰੰਸਾਂ ਹੁੰਦੀਆਂ ਸੀ, ਨੌਰਥ ਵਾਲੇ ਪਾਸੇ ਬੜੀਆਂ ਘੱਟ ਹੁੰਦੀਆਂ ਸੀ। ਸੋ ਅਸੀਂ ਇਹ ਇਨੀਸ਼ੀਏਟਿਵ ਲਿਆ ਅੰਮ੍ਰਿਤਸਰ ਆਰਥੋਪੈਡਿਕ ਫੋਰਮ ਨੇ ਕਿ ਜਿਸ ਲੈਵਲ ਦੀ ਐਕਡੈਮਿਕ ਲੈਵਲ ਦੀਆਂ ਕਾਨਫਰੰਸਿਸ ਦੂਸਰੇ ਸ਼ਹਿਰਾਂ 'ਚ ਹੁੰਦੀਆਂ, ਦੂਸਰੇ ਸਟੇਟਾਂ 'ਚ ਹੁੰਦੀਆਂ, ਸੇਮ ਐਕਡੈਮਿਕ ਲੈਵਲ ਦਾ ਉਸ ਤੋਂ ਬੈਟਰ ਐਕਡੈਮਿਕ ਲੈਵਲ ਦੀਆਂ ਕਾਨਫਰੰਸਿਸ ਅਸੀਂ ਨੌਰਥ ਵਾਲੇ ਪਾਸੇ ਕਰੀਏ ਅਤੇ ਆਪਣੇ ਸ਼ਹਿਰ 'ਚ ਕਰੀਏ, ਤਾਂ ਕਿ ਯੰਗ ਡਾਕਟਰਸ, ਸੀਨੀਅਰ ਡਾਕਟਰਸ ਨਵੀਂ ਨਵੀਂ ਟੈਕਨੀਕ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾ ਸਕੇ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, 20 ਸਾਲ ਦਾ ਬੰਦਾ ਵੀ ਸਿੱਖਦਾ, 80 ਸਾਲ ਦਾ ਬੰਦਾ ਵੀ ਸਿੱਖਦਾ। ਦੂਸਰੀ ਗੱਲ ਹੈ, ਹਿਪ ਐਂਡ ਨੀ ਕੋਰਸ ਹੀ ਸ਼ੁਰੂ ਕੀਤਾ ਹੈ ਕਿਉਂਕਿ ਸਿਰਫ ਇਹ ਦੋ ਜੋੜ ਐਸੇ ਹੈ ਜਿਹੜੇ ਕਿ ਆਰਟੀਫਿਸ਼ਲੀ ਬਦਲੇ ਜਾਂਦੇ ਹੈ। ਸਭ ਤੋਂ ਪਹਿਲਾਂ ਤਾਂ ਹਿਪ ਦਾ ਰਿਪਲੇਸਮੈਂਟ ਸ਼ੁਰੂ ਹੋਈ ਸੀ ਜਿਹੜੀ ਕਿ ਮੋਸਟਲੀ ਫ੍ਰੈਕਚਰ ਕੇਸਿਸ 'ਚ ਹੁੰਦੀ ਸੀ, ਬੜੇ ਘੱਟ ਕੇਸਾਂ ਦੇ ਵਿੱਚ, ਕੋਈ ਬਿਮਾਰੀ ਵਾਲੇ ਕੇਸਾਂ ਦੇ ਵਿੱਚ ਵੀ ਇਹ ਜੋੜ ਬਦਲੇ ਜਾਂਦੇ ਸੀ। ਪਰ ਜਿਹੜੇ ਗੋਡਿਆਂ ਦੇ ਜੋੜ ਹੈ, ਨੀ ਰਿਪਲੇਸਮੈਂਟਸ ਹੈ, ਉਹ ਮੋਸਟਲੀ ਡੀਜਨੇਟਿਵ ਆਸਟੀਓਆਰਥਰਾਈਟਿਸ ਜਿਹੜੀਆਂ ਕਿ ਏਜ ਰਿਲੇਟਡ ਚੇਂਜਿਸ ਹੁੰਦੀਆਂ, ਜਿਉਂ ਜਿਉਂ ਉਮਰ ਵੱਧਦੀ ਜਾ ਰਹੀ ਹੈ ਜੋੜ ਘੱਸਦੇ ਜਾਂਦੇ ਆ ਅਤੇ ਗੋਡੇ ਸਭ ਤੋਂ ਪਹਿਲਾਂ ਘੱਸਦੇ ਆ। ਸੋ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਵੀ ਇਹ ਕਾਨਫਰੰਸ ਕੀਤੀ ਜਾ ਰਹੀ ਹੈ। ਨਵੀਂ ਨਵੀਆਂ ਟੈਕਨੀਕਸ ਨਾਲ ਦੇਖਿਆ ਜਾਏਗਾ, ਹਿੰਦੁਸਤਾਨ ਦੇ ਫੋਰਨ ਦੇ ਜਿਹੜੇ ਐਕਸਪਰਟ ਹੈ ਉਹ ਆ ਕੇ ਸਿਖਾਉਣਗੇ, ਤਾਂ ਕਿ ਘਰ ਬੈਠੇ ਹੀ, ਅੰਮ੍ਰਿਤਸਰ ਬੈਠੇ ਹੀ, ਅੰਮ੍ਰਿਤਸਰ ਦੇ ਡਾਕਟਰ ਜਾਂ ਪੰਜਾਬ ਦੇ ਡਾਕਟਰ ਜਾਂ ਜਿਹੜੇ ਹੋਰ ਜਾਣਗੇ ਉਹ ਨਵੀਂ ਨਵੀਆਂ ਟੈਕਨੀਕਸ ਨੂੰ ਸਿੱਖ ਸਕਣ। ਸੋ ਇਹ ਅੰਮ੍ਰਿਤਸਰ ਆਰਥੋਪੈਡਿਕ ਫੋਰਮ ਦਾ ਇਹ ਪਹਿਲਾ ਉਪਰਾਲਾ ਹੈ ਜਿਹਦੇ ਨਾਲ ਕਿ ਨਵੀਆਂ ਟੈਕਨੀਕਸ ਆਪਣੇ ਡਾਕਟਰਾਂ ਨੂੰ ਦੱਸੀਆਂ ਜਾਣ, ਤਾਂ ਕਿ ਇਹ ਜਿਹੜੀ ਜੁਆਇੰਟ ਰਿਪਲੇਸਮੈਂਟਸ ਹੈ ਉਹ ਸੌਖੀ ਹੋਏ, ਬਾਕੀ ਨਵੀਂ ਟੈਕਨੀਕਸ ਦਾ ਵੀ ਸਾਰੇ ਬੰਦੇ ਨੂੰ ਪਤਾ ਲੱਗੇ। ਬਾਕੀ ਡਾਕਟਰ ਕਪਿਲਾ ਤੁਹਾਨੂੰ ਹੋਰ ਦੱਸਦੇ ਇਹਦੇ ਬਾਰੇ। ਜਿਵੇਂ ਕਿ ਡਾਕਟਰ ਅਵਤਾਰ ਔਰ ਡਾਕਟਰ ਸ਼ਰਮਾ ਨੇ ਦੱਸਿਆ ਕਿ ਅਸੀਂ ਅੰਮ੍ਰਿਤਸਰ ਆਰਥੋਪੈਡਿਕ ਫੋਰਮ ਬਣਾਇਆ। ਐਕਚੁਅਲੀ ਸਾਡਾ ਆਰਥੋਪੈਡਿਕ ਫੋਰਮ ਬਣਾਉਣ ਦਾ ਤਿੰਨ ਏਮ ਸੀਗੇ, ਤਿੰਨ ਉਦੇਸ਼ ਸੀਗੇ। ਨੰਬਰ ਇੱਕ, ਜਿੰਨੇ ਵੀ ਆਰਥੋਪੈਡਿਕ ਸਰਜਨ ਨੇ ਅੰਮ੍ਰਿਤਸਰ ਦੇ, ਚਾਹੇ ਗਵਰਨਮੈਂਟ ਸੈਕਟਰ 'ਚ ਨੇ ਚਾਹੇ ਪ੍ਰਾਈਵੇਟ ਸੈਕਟਰ 'ਚ ਨੇ, ਉਹਨਾਂ ਨੂੰ ਅਸੀਂ ਇੱਕੋ ਪਲੈਟਫਾਰਮ 'ਤੇ ਲਿਆ ਸਕੀਏ, ਤਾਂ ਜੋ ਅਸੀਂ ਜਿੰਨੀਆਂ ਵੀ ਐਕਟੀਵਿਟੀਜ਼ ਹੈ ਉਹ ਅਸੀਂ ਇੱਕੋ ਪਲੈਟਫਾਰਮ ਤੋਂ ਕਰ ਸਕੀਏ। ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ। ਜਦੋਂ ਮਾਰਚ ਵਿੱਚ ਅਸੀਂ ਇੱਕ ਆਪਣੀ ਐਸੋਸੀਏਸ਼ਨ ਬਣਾਈ ਜਿਹਦਾ ਨਾਮ ਅੰਮ੍ਰਿਤਸਰ ਆਰਥੋਪੈਡਿਕ ਫੋਰਮ ਰੱਖਿਆ। ਨੰਬਰ 2 ਜਿਹੜਾ ਇਹਦਾ ਏਮ ਸੀਗਾ ਉਹ ਇਹ ਸੀਗਾ ਕਿ ਅਸੀਂ ਐਕੇਡੈਮਿਕ, ਅੱਛੇ ਐਕੇਡੈਮਿਕ ਈਵੈਂਟਸ ਘੱਟ ਕੋਸਟ 'ਤੇ ਅੰਮ੍ਰਿਤਸਰ ਵਿੱਚ ਕਰ ਸਕੀਏ, ਤਾਂ ਜੋ ਜਿਹੜੇ ਕਿ ਸਾਡੇ ਜੂਨੀਅਰ ਡਾਕਟਰਸ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਜਿਵੇਂ ਸਰ ਨੇ ਦੱਸਿਆ ਕਿ ਪੁਣੇ ਜਾਣਾ ਪੈਂਦਾ ਟਰੋਮਾ ਕੋਰਸ ਵਾਸਤੇ, ਬੋਂਬੇ ਜਾਣਾ ਪੈਂਦਾ, ਜਿਹੜੇ ਕਿ ਕਾਫੀ ਐਕਸਪੈਂਸਿਵ ਨੇ, ਉਹਨਾਂ ਦੀ ਫੀ ਵੀ 25-30 ਹਜ਼ਾਰ ਹੈ, ਐਂਡ ਆਉਣ ਜਾਣ ਦਾ ਖਰਚਾ ਮਿਲਾ ਕੇ ਜੂਨੀਅਰ ਡਾਕਟਰਸ ਵਾਸਤੇ ਬਹੁਤ ਹੀ ਔਖਾ ਹੈ ਉੱਥੇ ਜਾ ਕੇ ਸਿੱਖਣਾ। ਜੇ ਇਹ ਕੋਰਸ ਅਸੀਂ ਅੰਮ੍ਰਿਤਸਰ ਜਾਂ ਪੰਜਾਬ ਵਿੱਚ ਹੀ ਕਰੀਏ ਤਾਂ ਆਈ ਥਿੰਕ, ਹੁਣ ਜਿਵੇਂ ਇਸ ਕੋਰਸ ਦੀ ਫੀਸ ਇੰਨੀ ਘੱਟ ਹੈ ਕਿ ਬੜੇ ਆਰਾਮ ਨਾਲ ਇੱਕ ਯੰਗ ਬਡਿੰਗ ਡਾਕਟਰ ਖਰਚਾ ਕਰਕੇ ਲੇਟੈਸਟ ਟੈਕਨੀਕਸ ਦੀ ਨੌਲੇਜ ਲੈ ਸਕਦਾ ਹੈ। ਸਾਡਾ 3rd ਏਮ ਇਸ ਫੋਰਮ ਦਾ ਇਹ ਸੀਗਾ ਕਿ ਅਸੀਂ ਜੂਨੀਅਰ ਡਾਕਟਰਸ ਨੂੰ ਆਪਣੇ ਵੱਲੋਂ ਫੈਲੋਸ਼ਿਪਸ ਦਈਏ, ਤਾਂ ਕਿ ਉਹ ਡਿਫਰੈਂਟ ਸੈਂਟਰਸ ਵਿੱਚ ਜਾ ਕੇ ਆਲ ਓਵਰ ਇੰਡੀਆ, ਜਿਹਦਾ ਕਿ ਖਰਚਾ ਵੀ ਆਰਥੋਪੈਡਿਕ ਫੋਰਮ ਕਰੇਗਾ, ਉਹ ਆਲ ਓਵਰ ਇੰਡੀਆ ਡਿਫਰੈਂਟ ਸੈਂਟਰਸ ਵਿੱਚ ਜਾ ਕੇ ਲੇਟੈਸਟ ਟੈਕਨੀਕਸ ਬਾਰੇ ਸਿੱਖਣ। ਸੋ ਇਸ ਉਦੇਸ਼ ਦੇ ਉਸ ਵਿੱਚ ਅਸੀਂ, ਇਹ ਸਾਡਾ ਪਹਿਲਾ ਸਟੈਪ ਹੈ ਕਿ ਜਿਹੜੀ ਪਹਿਲੀ ਮੀਟ ਹੋ ਰਹੀ ਹੈ ਹਿਪ ਐਂਡ ਨੀ ਕੋਰਸ, ਜਿਹਦੇ ਵਿੱਚ ਕਿ ਅਮਨਦੀਪ ਹੋਸਪਿਟਲ ਨੇ ਇਹ ਫਸਟ ਇਨੀਸ਼ੀਏਟਿਵ ਲਿਆ। ਐਂਡ ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਆਉਣ ਵਾਲੇ ਟਾਈਮ ਵਿੱਚ, ਜਿਵੇਂ ਕਿ ਇੱਥੋਂ ਅਸੀਂ ਜਾ ਰਹੇ ਹਾਂ ਪੂਨਾ ਜਾਂ ਬੋਂਬੇ ਕੋਰਸ ਸਿੱਖਣ ਵਾਸਤੇ, ਲੋਕ ਇੱਥੇ ਆਇਆ ਕਰਨਗੇ ਅੰਮ੍ਰਿਤਸਰ ਹਿਪ ਕੋਰਸ ਜਾਂ ਅੰਮ੍ਰਿਤਸਰ ਟਰੋਮਾ ਕੋਰਸ। ਸੋ ਆਈ ਥਿੰਕ ਇਹ ਬਹੁਤ ਹੀ ਇੱਕ ਅੱਛਾ ਉਪਰਾਲਾ ਹੈ, ਨਾ ਕੇਵਲ ਕਿ ਸਾਡੇ ਯੰਗਰ ਡਾਕਟਰਸ ਨੂੰ ਲੇਟੈਸਟ ਟੈਕਨੀਕਸ ਨਾਲ ਜਾਣੂ ਕਰਵਾਏਗਾ, ਪਰ ਉਹਨਾਂ ਨੂੰ ਇੱਕ ਓਪਰਚੁਨਿਟੀ ਬਾਹਰ ਜਾਣ ਵਿੱਚ ਵੀ ਹੋਏਗੀ, ਜਦੋਂ ਕਿ ਅਸੀਂ ਉਹਨਾਂ ਨੂੰ ਫੈਲੋਸ਼ਿਪਸ ਦੇਵਾਂਗੇ, ਜਿਹਦਾ ਕਿ ਖਰਚਾ ਵੀ ਇਹ ਫੋਰਮ ਹੀ ਉਠਾਏਗਾ। ਅਤੇ ਇਹਦੇ ਇਸ ਜਿਹੜਾ ਕਿ ਇਹ ਹਿਪ ਐਂਡ ਨੀ ਕੋਰਸ ਹੋ ਰਿਹਾ, ਉਹਦੇ ਬਾਰੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇੰਟਰਨੈਸ਼ਨਲ ਐਜ਼ ਵੈਲ ਐਜ਼ ਨੈਸ਼ਨਲ ਫੈਕਲਟੀ, ਬਹੁਤ ਹੀ ਰਿਨਾਊਂਡ ਡਾਕਟਰਸ ਇਹਦੇ ਵਿੱਚ ਆ ਰਹੇ ਹਨ। ਲਾਈਫ ਸਰਜਰੀਜ਼ ਹੋਣਗੀਆਂ ਬੇਸਿਕ ਤੋਂ ਲੈ ਕੇ ਲੇਟੈਸਟ ਐਡਵਾਂਸ ਰੋਬੋਟਿਕਸ ਦੀਆਂ, ਸਾਰੇ ਤਰ੍ਹਾਂ ਦੀਆਂ ਲੇਟੈਸਟ ਟੈਕਨੀਕਸ ਇਹਦੇ ਵਿੱਚ ਦੱਸੀਆਂ ਜਾਣਗੀਆਂ। ਸੋ ਨੋਰਮਲੀ ਇਹਦੇ ਵਾਸਤੇ ਤੁਹਾਨੂੰ ਬਾਹਰ ਜਾਣਾ ਪੈਂਦਾ, ਜਿਹਦੇ ਵਾਸਤੇ ਕਾਫੀ ਕਾਫੀ ਐਕਸਪੈਂਸਿਵ ਹੁੰਦਾ ਹੈ ਇਹ। ਸੋ ਅੱਗੇ ਵੀ ਫਿਊਚਰ ਵਿੱਚ ਵੀ ਆਰ ਗੋਇੰਗ ਟੂ ਹੈਵ ਸੱਚ ਐਕੇਡੈਮਿਕ ਈਵੈਂਟਸ ਅੰਡਰ 1 ਪਲੈਟਫਾਰਮ, ਅੰਮ੍ਰਿਤਸਰ ਆਰਥੋਪੈਡਿਕ ਫੋਰਮ। ਡਾਕਟਰ ਰਾਜ ਕੁਮਾਰ ਜੀ, ਗੁਰਾਮਦਾਸ ਹੋਸਪਿਟਲ ਤੋਂ। ਬਸ ਅੰਮ੍ਰਿਤਸਰ ਦੇ ਵਿੱਚ ਟੇਲੈਂਟ ਦੀ ਕੋਈ ਕਮੀ ਨਹੀਂ ਗਈ, ਜੋ ਅੰਮ੍ਰਿਤਸਰ ਸੀ ਆਰਥੋ ਦਾ ਕੰਮ ਕਰ ਰਹੇ, ਇੰਟਰਨੈਸ਼ਨਲੀ
इंटरनेशनल स्टैंडर्ड के बराबर का काम कर रहे हैं। इतने कोई नहीं कि जो कोई घट काम हो रहा है, बिल्कुल उन्हें बाहरले स्टैंडर्ड के मुताबिक काम हो रहा है, भावें वो आर्थोस्कोपी हो, भावें रिप्लेसमेंट हो, भावें स्पाइन हो, सारा कुछ इंटरनेशनल स्टैंडर्ड हो रहा है, पर साडी प्रोजेक्शन बड़ी घट है। असं काम में प्रोजेक्ट नहीं करते। दूजी गल है साडे च लोगों को ट्रेनिंग देने की फैसिलिटीज कोई नहीं गई। साडे बच्चों को फिर पढ़ के ट्रेनिंग वास्ते बाहर जाना पैंदा ते वो उन्हें साडा बड़ा वड्डा लैकुन आ जांदा। प्रोजेक्शन होंगी बाहरले सेंटर की, साडी काम करके भी प्रोजेक्शन कोई नहीं गई। तो साडा एक मतलब है जिन्ना असं काम करने हैं असं दिखाइए भी दुनिया में असं इन्ना काम करने हैं, तो असं ट्रेनिंग वास्ते भी फैसिलिटी अपग्रेड करिए ताकि साडे बंदे ट्रेनिंग लैन, बाहरों बंदे आके भी सस्ते से आकर ट्रेनिंग वध तों वध लै सकन। इहो साडा मोटिव है इस फोरम बनाने का। इस ये जी जी पहली जी साड़ी कॉन्फ्रेंस हो रही है, पहला स्टैप है इस वास्ते हॉस्पिटल वाले। जिस तरह कि सब सीनियर्स ने दसिया कि पंजाब हिप एंड नी कोर्स असी 17-18 जून नू कर रहे हैं। एक समय की बहुत वड्डी नीड सी कि पंजाब दे विच एंड स्पैशली अमृतसर दे विच यह चीज़ शुरू की जाए। जिहड़ा कि अमृतसर फोरम बनया यह भी बहुत देर तो साइलेंट पिया सी, उहनू रीस्टार्ट करना भी बहुत वड्डी नीड सी, जिन्ना कि सारे यंग सर्जनस नू बहुत बेनीफिट होएगा, सो दैट कि वो एक प्लेटफॉर्म ते अपने सीनियर्स तो सीख सकते ने, डिस्कस कर सकते ने, नवी टेक्नीक्स वगैरह जागरूक हो सकते ने, जिहदे नाल कि पेशेंट का बेनीफिट होएगा। सो दैट यह एक जड़ा हुण सारे जड़े भी सर्जन साढ़े कोल आ रहे हैं, तुसीं अगर उन्हां दा सारे बारे पढ़ोगे, दे आर द रिनोन सर्जन ऑफ इंडिया। कोई जयपुर तो आ रहा है, कोई पुणे तो आ रहा है, कोई साउथ तो आ रहा है, कोई चेन्नई तो आ रहा है। वी यूज टू गो टू दीज गाइज, असी चेन्नई जाते सी डॉक्टर्स को सीखन की किस तरह हिप रिप्लेसमेंट किस तरह मॉडिफाई करके करना है, किस तरह सरफेस रिप्लेसमेंट करनी है, किस तरह रिवीजन नी आर्थोप्लास्टी करनी है, किस तरह रिवीजन हिप आर्थोप्लास्टी करनी है। यह सारी चीज़ा हूँ अमृतसर से होनगियाँ, एंड दिस इज स्टार्टिंग ऑफ ए बिग थिंग, एंड इट इज स्टार्टिंग ऑफ ए बिग एरा फॉर ऑर्थोपेडिक्स इन अमृतसर। एंड वी नीड योर सपोर्ट, सो दैट तुसीं सानू अच्छा प्रोजेक्ट करो एंड सानू सपोर्ट करो, बिकॉज उस तो ताड़ी सपोर्ट ना साड़ी शाइन होर वधेगी। थैंक यू जी। ऑर्थोपेडिक सर्जना साढ़े असी हूँ पिछले जी अपनी अमृतसर ऑर्थोपेडिक फोरम रिवाइव की है, जड़ा इस बारी पहला पंजाब नी एंड हिप कोर्स हो जा रहा वो अंडर द एजिज ऑफ अमनदीप इंस्टीट्यूट ऑफ ऑर्थोप्लास्टिक एंड स्पाइन सर्जरी ते अमृतसर ऑर्थोपेडिक फोरम के सहयोग के नाल हो जा रहा। अपने आप दे विच एक बहुत ही वधिया उपराला, इहदे विच बहुत दूर दूर तो बड़े लर्नड सर्जन जिहड़े ऑर्थोपेडिक सर्जन ने जिहड़े लेटेस्ट टेक्नीक्स के नाल काम करते हैं वो आ रहे हैं, वो आके ते अपनी टेक्नीक्स सांझियां करनगे, जिहदे विच लाइव सर्जरियां भी होणगियां, वीडियो प्रेजेंटेशन भी होणगियां, दूसरियां प्रेजेंटेशन भी होणगियां। उहदे नाल सिर्फ अमृतसर दे नहीं बल्कि सारे रीजन दे जिहड़े नवे ऑर्थोपेडिक सर्जन है उन्हां नूं काफ़ी कुछ सीखण लई मिलेगा। जिहड़ा कि पहलां दस चुके हैं कि बहुत दूर दूर जा के ते वो सीखण नूं मिलदा सीगा, वो हुण कह लो कि भी साडे घर आ के ते सानूं सिखा के जाणगे। ते मैनूं लगदा है कि इहो जिहे उपराले आने वाले टाइम दे विच लगातार होंदे रहणगे।